ਪੈਸਿਆਂ ਦੇ ਲਾਲਚ ਵਿੱਚ ਇਨਸਾਨ ਰਿਸ਼ਤਿਆਂ ਨੂੰ ਭੁੱਲ ਚੁੱਕਿਆ। ਰਿਸ਼ਤਿਆਂ ਨੂੰ ਛੱਡ ਕੇ ਅੱਜ ਕੱਲ੍ਹ ਪੈਸਾ ਹੀ ਮੁੱਖ ਰਹਿ ਗਿਆ। ਤਾਜ਼ਾ ਮਾਮਲਾ ਨਾਭਾ ਤੋਂ ਸਾਹਮਣੇ ਆਇਆ ਹੈ। ਨਾਭਾ ਦੇ ਪਿੰਡ ਸਰਾਜਪੁਰ ਦੇ ਵਿੱਚ ਹਰਮਨਜੀਤ ਕੌਰ ਨਾਲ ਉਸਦੀ ਸਕੀ ਭੈਣ ਨੇ 12 ਲੱਖ ਰੁਪਏ ਦੀ ਠੱਗੀ ਮਾਰੀ ਹੈ। ਇਸ ਸਕੀ ਦੇ ਵਿੱਚ ਸਰਕਾਰੀ ਡਾਕਖਾਨੇ ਦਾ ਮੁਲਾਜ਼ਮ ਵੀ ਸ਼ਾਮਲ ਹੈ, ਜੋ ਕਿ ਨਾਭਾ ਦੇ ਪਿੰਡ ਗੁਣੀਕੇ ਦਾ ਰਹਿਣ ਵਾਲਾ ਹੈ। ਦੂਸਰੇ ਪਾਸੇ ਪੀੜਿਤ ਹਰਮਨਜੀਤ ਕੌਰ ਨੇ ਕੁਝ ਸਾਲ ਪਹਿਲਾਂ ਆਪਣੀ 1 ਏਕੜ ਜ਼ਮੀਨ ਵੇਚੀ ਸੀ। ਜ਼ਮੀਨ ਵੇਚਣ ਤੋਂ ਬਾਅਦ ਆਪਣੀ ਭੈਣ ਸਰਬਜੀਤ ਕੌਰ ਨੂੰ 12 ਲੱਖ ਰੁਪਏ ਡਾਕਖਾਨਾ ਵਿੱਚ ਤਾਰਨ ਲਈ ਦਿੱਤਾ ਗਿਆ ਸੀ। ਪੀੜਿਤ ਦੀ ਭੈਣ ਨੇ ਡਾਕਖਾਨੇ ਦੇ ਮੁਲਾਜ਼ਮ ਬਖਸ਼ੀ ਸਿੰਘ ਨਾਲ ਮਿਲ ਕੇ ਕਿਸੇ ਪ੍ਰਾਈਵੇਟ ਕੰਪਨੀ ਵਿੱਚ ਉਹ ਪੈਸੇ ਲਗਾ ਦਿੱਤੇ। ਜਦੋਂ ਪੈਸਿਆਂ ਦੀ ਲੋੜ ਹਰਮਨਜੀਤ ਕੌਰ ਨੂੰ ਪਈ ਤਾਂ ਦੋਨੋਂ ਜਣੇ ਜਵਾਬ ਦੇ ਗਏ। ਹਰਮਨਜੀਤ ਕੌਰ ਨੇ ਇਸ ਮਾਮਲੇ ਨੂੰ ਪੁਲਿਸ ਤੱਕ ਪਹੁੰਚਾਇਆ। ਪੁਲਿਸ ਨੇ ਤਫਤੀਸ਼ ਤੋਂ ਬਾਅਦ ਬਖਸ਼ੀਸ਼ ਸਿੰਘ ਦੇ ਖਿਲਾਫ਼ 420, 406, 120 ਦਾ ਮੁਕੱਦਮਾ ਦਰਜ ਕਰ ਦਿੱਤਾ ਹੈ। ਦੂਸਰੇ ਪਾਸੇ ਪੀੜਿਤ ਪਰਿਵਾਰ ਦੀ ਹਾਲਤ ਬੜੀ ਨਾਜ਼ੁਕ ਦੱਸੀ ਆ ਰਹੀ ਹੈ। ਜ਼ਮੀਨ ਵੀ ਗਈ ਅਤੇ ਪੈਸਾ ਵੀ ਚਲਾ ਗਿਆ। ਪੀੜਿਤ ਪਤੀ ਪਤਨੀ ਹੁਣ ਆਪਣੀ ਜਮ੍ਹਾਂ ਪੂੰਜੀ ਲੁਟਾ ਕੇ ਇਨਸਾਫ਼ ਦੀ ਉਡੀਕ ਕਰ ਰਹੇ ਨੇ। ਇਸ ਸੰਬੰਧੀ ਪਿੰਡ ਦੀ ਪੰਚਾਇਤ ਵੀ ਇਸ ਪੀੜਿਤ ਪਰਿਵਾਰ ਨੂੰ ਇਨਸਾਫ਼ ਦਵਾਉਣ ਲਈ ਅੱਗੇ ਆਈ ਹੈ। ਸਦਰ ਥਾਣਾ ਦੇ ਐਡੀਸ਼ਨਲ SHO ਕਰਨ ਸੰਧੂ ਨੇ ਕਿਹਾ ਕਿ ਮਾਮਲਾ ਦਰਜ ਕਰ ਲਿਆ ਗਿਆ ਅਤੇ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ। 11,80,000 ਭੈਣ ਨੇ ਮਾਰੀ ਹੈ ਜੀ, ਸਰਬਜੀਤ ਕੌਰ ਨੇ। ਮੈਂ ਬਿਲਕੁਲ ਨਹੀਂ ਜਾਣ ਦਿੱਤੀ ਜੀ ਉਸ ਮੁਲਾਜ਼ਮ। ਇਹ ਉਹਦੇ ਘਰ ਦੇ ਨਾਲ ਲੱਗਦੀ ਘਰ ਰਹਿੰਦੀ ਹੈ ਜੀ, ਉੱਥੇ ਬਖਸ਼ੀਸ਼ ਦੇ ਘਰ ਦੇ ਨਾਲ ਹੀ ਘਰ ਹੈ, ਪਿੰਡ ਗੁਣੀ ਕਿਆ ਜੀ। ਅਸੀਂ ਇਹ ਮੰਗ ਕਰਦੇ ਵੀ ਸਾਡੇ ਪੈਸੇ ਦਵਾ ਦੇਵੇ ਸਰਕਾਰ ਜੀ। ਅਸੀਂ ਬਹੁਤ ਗਰੀਬ ਜ਼ਿਆਦੇ, ਅਸੀਂ ਬਹੁਤ ਔਖਾ ਟਾਈਮ ਕੱਟ ਰਹੇ ਹਾਂ। ਅਸੀਂ ਠੱਗੀ 11,80,000 ਦੀ ਠੱਗੀ ਵੱਜੀ ਹੈ ਜੀ। ਅਸੀਂ ਤਾਂ ਅਸੀਂ ਚਾਹੁੰਦੇ ਸਾਡੇ ਪੈਸੇ ਵਿਆਜ ਨਾਲ ਮਿਲ ਜਾਣ ਜੀ, ਉਹਨਾਂ ਨੂੰ ਸਖ਼ਤ ਸਜ਼ਾ ਦਿੱਤੀ ਜਾਵੇ। ਰਿਸ਼ਤੇਦਾਰੀ 'ਤੇ ਭਰੋਸਾ ਕਰਕੇ ਅਸੀਂ ਪੈਸੇ ਲਾ ਤੇ, ਨਹੀਂ ਅਸੀਂ ਪੈਸੇ ਨਹੀਂ ਲਾਉਂਦੇ ਜੇ ਸਾਨੂੰ ਪਹਿਲਾਂ ਪਤਾ ਹੁੰਦਾ ਵੀ ਇਹ ਠੱਗੀ ਲੱਗ ਰਹੀ ਹੈ ਜੀ। ਮੈਂ ਸਰਕਾਰ ਤੋਂ ਹੀ ਬੇਨਤੀ ਕਰਦਾ ਵੀ ਅਤੇ ਪ੍ਰਸ਼ਾਸਨ ਤੋਂ ਵੀ ਗਰੀਬ ਪਰਿਵਾਰ ਰੋਟੀ ਤੋਂ ਮੁਤਾਜ ਹੈ, ਇਸ ਲਈ ਇਹਨਾਂ ਨੂੰ ਸਰਕਾਰ ਵੱਲੋਂ ਹੀ ਮਦਦ ਕੀਤੀ ਜਾਵੇ ਅਤੇ ਉਹਨਾਂ ਨੂੰ ਜਿਹਨਾਂ ਨੇ ਡਕੈਤੀ ਕੀਤੀ ਉਹਨਾਂ ਨੂੰ ਨੱਥ ਪਾਈ ਜਾਵੇ। ਇਹ ਵਿਸ਼ਵਾਸ 'ਚ ਆ ਕੇ ਇਹਨਾਂ ਨਾਲ ਇਹ ਸਭ ਕੁਝ ਵਾਪਰਿਆ ਹੈ। 21 ਨੰਬਰ FIR ਦਰਜ ਕੀਤੀ ਗਈ ਹੈ 28 ਜਨਵਰੀ ਨੂੰ ਅੰਡਰ ਸੈਕਸ਼ਨ 406, 420 ਅਤੇ 120 IPC ਦੀ। ਇਹ ਜੀ ਦੋ ਆਪਣੇ ਸੀਗੇ ਕੰਪਲੇਨੈਂਟ ਸੀਗੇ, ਆਪਣੇ ਹਰਮਨਜੀਤ ਕੌਰ ਵਾਈਫ ਆਫ ਲਖਵਿੰਦਰ ਸਿੰਘ ਵਾਸੀ ਸੁਰਾਜਪੁਰ ਪਿੰਡ। ਇਹਨਾਂ ਨੇ ਬਰਖਿਲਾਫ ਇੱਕ ਦਰਖਾਸਤ ਦਿੱਤੀ ਸੀਗੀ, ਉਹ ਸੀਗੇ ਬਖਸ਼ੀਸ਼ ਸਿੰਘ ਸਨ ਆਫ ਹਜੂਰਾ ਸਿੰਘ ਵਾਸੀ ਗੁਣੀਕੇ ਤਹਿਸੀਲ ਨਾਭਾ। ਇਹ ਡਾਕਖਾਨੇ ਦਾ ਮੁਲਾਜ਼ਮ ਹੈ ਅਤੇ ਇਹਨੇ ਜਿਹੜੀ ਆ ਆਪਣੇ ਹੈਗੇ ਹਰਮਨਜੀਤ ਕੌਰ ਨਾਲ ਧੋਖਾਧੜੀ ਕੀਤੀ ਹੈ ਵੀ ਮੈਂ ਤੁਹਾਨੂੰ ਆਪਣੇ ਕੁੱਲ ਤਕਰੀਬਨ 11,73,000 ਰੁਪਏ ਦੀ ਵੀ ਤੁਹਾਡੇ ਜਿਹੜੇ ਪੈਸੇ ਆ ਮੈਂ ਕੁਛ ਟਾਈਮ 'ਚ ਦੁੱਗਣੇ ਕਰਾ ਦੂੰਗਾ। ਅਤੇ ਉਹਨਾਂ ਖਿਲਾਫ਼ ਆਪਣਾ SSP ਸਾਹਿਬ ਦੇ ਪੜਤਾਲ ਆਪਣੇ ਪੜਤਾਲ ਕਰਨ ਤੋਂ ਬਾਅਦ SSP ਸਾਹਿਬ ਦੀ ਮਨਜ਼ੂਰੀ ਤੋਂ ਬਾਅਦ ਇਹ ਪਰਚਾ ਦਰਜ ਰਜਿਸਟਰ ਕੀਤਾ ਜਾ ਚੁੱਕਿਆ ਹੈਗਾ ਅਤੇ ਇਹਦੀ ਅਗਲੀ ਤਫਤੀਸ਼ SI ਮੋਹਨ ਸਿੰਘ ਇੰਚਾਰਜ ਛੀਟਾਵਾਲ ਕਰ ਰਹੇ ਨੇ। ਆਵਾਜ਼ੀ ਕੰਮ TV ਲਈ ਨਾਭਾ ਤੋਂ ਤਰੁਣ ਮਹਿਤਾ ਦੀ ਰਿਪੋਰਟ।